ਉਹ ਸੰਭਾਲੂਗਾ ਜ਼ਰੂਰ। ਇੱਕ ਇੱਕ ਸਟੋਰੀ ਆ, ਔਰ ਕਹਿੰਦੇ ਆ ਕਿ ਇਹ ਅਸਲੀ ਆ। ਇੱਕ ਵਾਰੀ ਇੱਕ ਜਹਾਜ਼ ਜਿਹੜਾ ਸੀਗਾ ਉਹ ਸਫ਼ਰ ਕਰ ਰਿਹਾ ਸੀਗਾ, ਮਤਲਬ ਫਲਾਇੰਗ ਮੋਡ 'ਤੇ ਸੀਗਾ, ਚੱਲ ਰਿਹਾ ਸੀਗਾ ਜਹਾਜ਼, ਉੜ ਰਿਹਾ ਸੀਗਾ। ਅਤੇ ਅਚਾਨਕ ਜਹਾਜ਼ ਦਾ ਕੁਛ ਇਹੋ ਜਿਹਾ ਹੋਇਆ ਕਿ ਉਹਦੇ ਇੰਜਣ ਵਿੱਚ ਕੋਈ ਪ੍ਰੋਬਲਮ ਆਈ, ਅਤੇ ਉਹ ਜਹਾਜ਼ ਜਿਹੜਾ ਆ ਨਾ ਉਹ ਹੇਠਾਂ ਨੂੰ ਆਉਣਾ ਸ਼ੁਰੂ ਹੋ ਗਿਆ। ਉਹ ਨਹੀਂ, ਉੱਪਰ ਜਾ ਨਹੀਂ ਰਿਹਾ ਸੀਗਾ, ਕਿ ਲਗਾਤਾਰ ਉਹ ਹੇਠਾਂ ਨੂੰ ਆ ਰਿਹਾ ਸੀਗਾ। ਅਤੇ ਸਾਰੇ ਲੋਕ ਚਿਲਾ ਰਹੇ, ਚੀਕਾਂ ਮਾਰ ਰਹੇ, ਸਭ ਕੁਛ ਜਿਹੜਾ ਚੀਕ ਝਿਆੜਾ ਪੈ ਗਿਆ। ਪਰ ਇੱਕ ਬੱਚੀ ਬੜੇ ਆਰਾਮ ਨਾਲ ਬੈਠੀ ਆਪਣੇ ਟੈਡੀ ਬੀਅਰ ਨਾਲ ਖੇਡੀ ਜਾਂਦੀ ਆ ਉੱਥੇ, ਬੜੀ ਖੁਸ਼। ਅਤੇ ਜਿਹੜਾ ਉਹਦੇ ਨਾਲ ਨੌਜਵਾਨ ਬੈਠਾ, ਅਤੇ ਉਹ ਉਹਨੂੰ ਕਹਿੰਦਾ, ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਬੇਟਾ? ਤੂੰ ਆਪਣੇ ਟੈਡੀ ਬੀਅਰ ਦੇ ਨਾਲ ਲੱਗੀ ਆ, ਤੈਨੂੰ ਪਤਾ ਆਪਣਾ ਜਹਾਜ਼ ਜਿਹੜਾ ਆ ਇਹ ਹੁਣ ਡੁੱਬਣ ਹੀ ਵਾਲਾ ਆ, ਜਾਂ ਇਹ ਜਹਾਜ਼ ਜਿਹੜਾ ਖਤਮ ਹੋਣ ਵਾਲੇ ਅਸੀਂ। ਕਹਿੰਦੀ ਨਹੀਂ, ਮੈਨੂੰ ਨਹੀਂ ਡਰ ਲੱਗਦਾ। ਕਹਿੰਦਾ ਤੈਨੂੰ ਕਿਉਂ ਨਹੀਂ ਡਰ ਲੱਗਦਾ? ਉਹ ਬੜੇ ਹੈਰਾਨ ਕਿ ਇਹਦੇ ਮੂੰਹ 'ਤੇ ਕੋਈ ਚਿੰਤਾ ਹੀ ਨਹੀਂ ਆ। ਕਹਿੰਦੀ ਕਿਉਂਕਿ ਮੇਰੇ ਪਾਪਾ ਜਹਾਜ਼ ਚਲਾ ਰਹੇ, ਮੈਨੂੰ ਪਤਾ ਆ ਮੇਰੇ ਪਾਪਾ ਜਹਾਜ਼ ਚਲਾ ਰਹੇ ਆ। ਜਹਾਜ਼ ਨਹੀਂ, ਇਹ ਜਹਾਜ਼ ਜਿਹੜਾ ਹੈ ਕ੍ਰੈਸ਼ ਨਹੀਂ ਹੋ ਸਕਦਾ, ਇਹ ਜਹਾਜ਼ ਡੁੱਬ ਨਹੀਂ ਸਕਦਾ, ਇਹ ਜਹਾਜ਼ ਜਿਹੜਾ ਆ ਕੋਈ ਇਹਦਾ ਨੁਕਸਾਨ ਨਹੀਂ ਹੋਣਾ, ਮੇਰੇ ਪਾਪਾ ਜਹਾਜ਼ ਚਲਾ ਰਹੇ ਆ। ਕਿੰਨਾ ਕੌਨਫੀਡੈਂਸ ਆ ਉਸ ਬੱਚੀ ਨੂੰ ਆਪਣੇ ਪਾਪਾ ਉੱਤੇ ਕਿ ਮੇਰੇ ਪਾਪਾ ਜਹਾਜ਼ ਚਲਾ ਰਹੇ, ਇਸ ਲਈ ਜਹਾਜ਼ ਦਾ ਕੋਈ ਨੁਕਸਾਨ ਨਹੀਂ ਹੋਣਾ। ਅਗਰ ਉਹ ਛੋਟੀ ਬੱਚੀ ਆਪਣੇ ਪਾਪਾ 'ਤੇ ਇੰਨਾ ਟਰੱਸਟ ਕਰਦੀ ਆ, ਔਰ ਕਹਿੰਦੇ ਕਿ ਵਾਕਿਆ ਹੀ ਉਹ ਜਹਾਜ਼ ਜਿਹੜਾ ਆ ਨਾ ਉਹ ਨਹੀਂ ਕ੍ਰੈਸ਼ ਹੋਇਆ ਸੀ, ਨਹੀਂ ਡੁੱਬਿਆ ਸੀਗਾ, ਉਹਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਨਾ ਉਹ ਨੀਅਰ ਬਾਈ ਏਅਰਪੋਰਟ 'ਤੇ ਸੇਫ ਲੈਂਡਿੰਗ ਹੋ ਗਈ ਸੀਗੀ, ਅਤੇ ਉਹ ਨਹੀਂ ਸੀ। ਅਗਰ ਉਸ ਬੱਚੀ ਦਾ ਵਿਸ਼ਵਾਸ ਇਸ ਲੈਵਲ 'ਤੇ ਸੀਗਾ ਕਿ ਸਭ ਦੇ ਸਭ ਉਸ ਬੱਚੀ ਦੇ ਵਿਸ਼ਵਾਸ ਦਾ ਕਰਕੇ ਬਚਾਏ ਗਏ, ਉਹਨੇ ਸਿਰਫ ਆਪਣੇ ਬਾਇਓਲੋਜੀਕਲ ਪਾਪਾ ਦੇ ਉੱਤੇ, ਬਾਇਓਲੋਜੀਕਲ ਫਾਦਰ ਦੇ ਉੱਤੇ ਜਿਹੜਾ ਆ ਨਾ ਉਹਨੇ ਟਰਸਟ ਕੀਤਾ। ਅਗਰ ਅਸੀਂ ਆਪਣੇ ਸਪਿਰਚੁਅਲ ਫਾਦਰ ਦੇ ਉੱਤੇ, ਆਪਣੇ ਯਹੋਵਾ ਪਿਤਾ ਦੇ ਉੱਤੇ, ਆਪਣੇ ਸਰਵ ਸ਼ਕਤੀਮਾਨ ਅਕਾਲ ਪੁਰਖ ਪਿਤਾ ਪਰਮੇਸ਼ਵਰ ਜੀ ਦੇ ਉੱਤੇ ਅਗਰ ਅਸੀਂ ਆਪਣਾ ਵਿਸ਼ਵਾਸ ਇੱਦਾਂ ਕਰ ਲਈਏ ਕਿ ਮੈਨੂੰ ਪਤਾ ਆ ਮੇਰਾ ਪਾਪਾ ਜਿਹੜਾ ਆ ਨਾ ਉਹ ਮੇਰੀ ਜ਼ਿੰਦਗੀ ਦੇ ਵਿੱਚ, ਮੇਰੀ ਫਲਾਈਟ ਦਾ ਪਾਇਲਟ, ਮੇਰੇ ਜੀਵਨ ਦੀ ਫਲਾਈਟ ਦਾ ਪਾਇਲਟ ਮੇਰਾ ਅੱਬਾ ਪਿਤਾ ਆ, ਮੇਰਾ ਯਹੋਵਾ ਪਿਤਾ, ਮੇਰਾ ਪਰਮੇਸ਼ਵਰ ਪਿਤਾ ਆ, ਅਤੇ ਮੇਰੀ ਜ਼ਿੰਦਗੀ ਦਾ ਜਹਾਜ਼ ਕਦੀ ਕ੍ਰੈਸ਼ ਨਹੀਂ ਹੋਣਾ, ਅਤੇ ਜੇ ਇਸ ਜਹਾਜ਼ ਵਿੱਚ ਮੈਂ ਸਫ਼ਰ ਕਰਾਂ ਉਹ ਜਹਾਜ਼ ਕਦੀ ਕ੍ਰੈਸ਼ ਨਹੀਂ ਹੋਣਾ, ਜੇ ਇਸ ਕਾਰ ਵਿੱਚ ਮੈਂ ਸਫ਼ਰ ਕਰਾਂ ਉਸ ਕਾਰ ਦਾ ਐਕਸੀਡੈਂਟ ਕਦੀ ਨਹੀਂ ਹੋਣਾ, ਜੇ ਇਸ ਜਗ੍ਹਾ 'ਤੇ ਮੈਂ ਹੋਵਾਂ ਉਸ ਜਗ੍ਹਾ 'ਤੇ ਨੁਕਸਾਨ ਕਦੀ ਨਹੀਂ ਹੋਣਾ, ਕਿਉਂਕਿ ਮੇਰੀ ਜ਼ਿੰਦਗੀ ਦਾ, ਮੇਰੀ ਮੇਰੀ ਗੱਡੀ ਦਾ ਡਰਾਈਵਰ, ਮੇਰੀ ਜ਼ਿੰਦਗੀ ਦੀ ਗੱਡੀ ਦਾ ਡਰਾਈਵਰ ਮੇਰਾ ਅੱਬਾ ਪਿਤਾ ਆ, ਮੇਰੀ ਜ਼ਿੰਦਗੀ ਦੇ ਜਹਾਜ਼ ਦਾ ਪਾਇਲਟ ਮੇਰਾ ਅੱਬਾ ਪਿਤਾ ਆ। ਤਾਂ ਅਗਰ ਸਾਡਾ ਬਲੀਵ, ਸਾਡਾ ਟਰੱਸਟ ਸਾਡੇ ਪਿਤਾ ਪਰਮੇਸ਼ਵਰ ਦੇ ਉੱਤੇ ਉਸ ਬੱਚੀ ਦੇ ਵਾਂਗ ਹੋਏ, ਕੋਈ ਬਿਨਾਂ ਸ਼ੱਕ ਦੇ ਉਹ ਖੇਡ ਰਹੀ ਆ, ਉਹ ਇੰਜੋਏ ਕਰ ਰਹੀ ਆ, ਉਹ ਕੋਈ ਡਰੀ ਨਹੀਂ, ਕੋਈ ਘਬਰੀ ਨਹੀਂ, ਉਹਨੇ ਕੋਈ ਰਿਐਕਟ ਨਹੀਂ ਕੀਤਾ ਕਿ ਸੁੰਗੜ ਕੇ ਬੈਠੀ ਆ ਅਤੇ ਫਿਰ ਵੀ ਕਹਿ ਰਹੀ ਨਹੀਂ ਨਹੀਂ ਕੋਈ ਗੱਲ ਨਹੀਂ ਪਾਪਾ ਨੇ ਕਰ ਹੀ ਲੈਣਾ। ਨਹੀਂ, ਉਹ ਆਪਣੇ ਟੈਡੀ ਬੀਅਰ ਦੇ ਨਾਲ ਮਸਤ ਆ, ਉਹਨੂੰ ਪਤਾ ਆ ਕਿ ਭਾਵੇਂ ਹੋਹੇ ਜਿਹੜੇ ਆ ਵੱਜ ਰਹੇ ਆ, ਭਾਵੇਂ ਕਦੀ ਜਹਾਜ਼ ਇੱਧਰ ਨੂੰ ਜਾ ਰਿਹਾ ਉਹ ਹੋ ਰਿਹਾ ਆ, ਭਾਵੇਂ ਅਨਾਊਂਸਮੈਂਟਸ ਹੋ ਰਹੀਆਂ, ਬਟ ਆਏ ਨੋ ਕਿ ਮੇਰੇ ਪਾਪਾ ਨੇ ਮੈਨੂੰ ਸੇਵ ਕਰਨ ਦਾ ਕਰਕੇ ਉਹਨਾਂ ਨੂੰ ਜਹਾਜ਼ ਜਿਹੜਾ ਆ ਉਹਨਾਂ ਨੇ ਸੇਫ ਲੈਂਡਿੰਗ ਕਰਾ ਲੈਣੀ ਆ, ਕਿਉਂਕਿ ਉਹਨਾਂ ਨੂੰ ਪਤਾ ਇਹਦੇ ਵਿੱਚ ਉਹਨਾਂ ਦੀ ਬੇਟੀ ਬੈਠੀ ਆ। ਤਾਂ ਇਸ ਸੰਸਾਰ ਦੇ ਵਿੱਚ ਪਰਮੇਸ਼ਵਰ ਦੇ ਬਹੁਤ ਬੇਟੇ ਬੇਟੀਆਂ ਬੈਠੇ ਆ, ਤੁਹਾਡੀ ਜ਼ਿੰਦਗੀ ਪਰਮੇਸ਼ਵਰ ਦੇ ਹੱਥਾਂ ਵਿੱਚ ਆ, ਅਗਰ ਤੁਹਾਡੀ ਜ਼ਿੰਦਗੀ ਦਾ ਪਾਇਲਟ ਅਗਰ ਤੁਹਾਡਾ ਪਰਮੇਸ਼ਵਰ ਆ,
ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਵਰ ਆ, ਸੱਚਾ ਅਤੇ ਜਿਉਂਦਾ ਪਰਮੇਸ਼ਵਰ, ਅਤੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ। ਇਸ ਲਈ ਆਪਣੇ ਮੂੰਹ ਤੋਂ ਗਲਤ ਸ਼ਬਦ ਬਿਲਕੁਲ ਨਹੀਂ ਬੋਲਣੇ ਕਿ ਮੈਨੂੰ ਡਰ ਲੱਗਦਾ ਹੈ। ਅਯੂਬ ਡਰਦਾ ਸੀ ਅਤੇ ਜਿਹੜੀਆਂ ਜਿਹੜੀਆਂ ਗੱਲਾਂ ਤੋਂ ਡਰਦਾ ਸੀ ਉਹ ਹੋ ਗਈਆਂ। ਤੁਸੀਂ ਡਰਨਾ ਬੰਦ ਕਰ ਦਿਓ, ਨੁਕਸਾਨ ਨਹੀਂ ਹੋਊਗਾ। ਇੱਥੇ ਲਿਖਿਆ ਤਾਂ ਆ, ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਚਾਹੁੰਦਾ, ਭਲੇ ਦਿਨ ਵੇਖਣਾ ਚਾਹੁੰਦਾ ਆ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਕਹਿੰਦਾ ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਉਹ ਬਦੀ ਨਾ ਕਰੇ। ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਲੰਮਾ ਜੀਵਨ ਜੀਣਾ, ਬਦੀ ਕਰਨੀ ਬੰਦ ਕਰ ਦਿਉ, ਗਲਤ ਕੰਮ ਕਰਨੇ ਬੰਦ ਕਰ ਦਿਉ, ਨੇਕੀਆਂ ਕਰਨੀਆਂ ਸ਼ੁਰੂ ਕਰੋ। ਵਚਨ ਕਹਿ ਰਿਹਾ, ਕਹਿੰਦਾ ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹਦਾ ਪਿੱਛਾ ਕਰੇ। ਉਹ ਘਰ ਘਰ ਜਾ ਕੇ ਫਲੂਏ ਸਿੱਟਣ ਵਾਲਾ ਨਾ ਹੋਵੇ, ਘਰ ਘਰ ਜਾ ਕੇ ਚੁਗਲੀਆਂ ਕਰਕੇ ਲੋਕਾਂ ਦੇ ਪਰਿਵਾਰਾਂ ਨੂੰ ਤੋੜਨ ਵਾਲਾ ਨਾ ਹੋਵੇ। ਪਰ ਉਹ ਕੀ ਕਹਿੰਦਾ ਆ, ਉਹ ਮਿਲਾਪ ਨੂੰ ਲੱਭੇ, ਆਪਣਾ ਮਿਲਾਪ ਪਰਮੇਸ਼ਵਰ ਦੇ ਨਾਲ ਕਰੇ, ਅਤੇ ਟੁੱਟਿਆਂ ਹੋਇਆਂ ਨੂੰ ਵੀ ਪਰਮੇਸ਼ਵਰ ਨਾਲ ਮਿਲਾਵੇ। ਔਰ ਜਿੰਨਾ ਕਿਸੇ ਦਾ ਰਾਜ਼ੀਨਾਮਾ ਕਰਾ ਸਕਦਾ ਨਾ, ਉਹ ਰਾਜ਼ੀਨਾਮਾ ਕਰਾਉਣ ਵਾਲਾ ਹੋਵੇ। ਉਹ ਮਿਲਾਪ ਨੂੰ ਲੱਭੇ ਅਤੇ ਉਹਦਾ ਪਿੱਛਾ ਕਰੇ, ਮੇਲ ਮਿਲਾਪ ਦਾ ਪਿੱਛਾ ਕਰੇ। ਕਿੱਦਾਂ ਅਸੀਂ ਮੇਲ ਮਿਲਾਪ ਰੱਖਣਾ ਆ? ਇਹ ਨਹੀਂ ਕਿ ਉਹ ਮੇਰੇ ਨਾਲ ਗੁੱਸੇ, ਉਹਨੇ ਮੈਨੂੰ ਆਹ ਕਹਿਤਾ ਸੀ, ਹੁਣ ਮਿਲਣਾ ਹੀ ਨਹੀਂ। ਨਹੀਂ, ਮੇਲ ਮਿਲਾਪ ਦਾ ਪਿੱਛਾ ਕਰੋ, ਜ਼ਰੂਰੀ ਆ। ਇਹ ਤਾਂ ਵਚਨ ਸਾਨੂੰ ਕਹਿ ਰਿਹਾ, ਤਾਂ ਫਿਰ ਸਾਨੂੰ ਵਚਨ ਫੋਲੋ ਕਰਨਾ ਚਾਹੀਦਾ ਆ। ਤਾਂ ਕਹਿੰਦਾ ਉਹਦਾ ਪਿੱਛਾ ਕਰੇ, ਕਿਉਂ ਜੋ ਪ੍ਰਭੂ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਹਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ, ਪ੍ਰਭੂ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਆ। ਕਹਿੰਦਾ ਕਿਉਂਕਿ ਪਰਮੇਸ਼ਵਰ ਦੀਆਂ ਅੱਖੀਆਂ ਧਰਮੀਆਂ ਦੇ ਉੱਤੇ ਲੱਗੀਆਂ ਆ, ਅਤੇ ਪਰਮੇਸ਼ਵਰ ਦਾ ਜਿਹੜੇ ਕੰਨ ਆ ਉਹ ਉਹਨਾਂ ਦੀ ਦੁਹਾਈ ਵੱਲ, ਉਹਨਾਂ ਦੀਆਂ ਕਰਨ ਵਾਲੀਆਂ ਅਰਦਾਸਾਂ ਦੇ ਵੱਲ ਆ। ਸੋ ਇਸ ਲਈ ਧਰਮੀ ਬਣੋ, ਅਤੇ ਧਰਮੀ ਵਿਅਕਤੀ ਕੁਛ ਬੁਰਾ ਨਹੀਂ ਬੋਲਦਾ, ਧਰਮੀ ਵਿਅਕਤੀ ਬਦੀਆਂ ਨਹੀਂ ਕਰਦਾ, ਧਰਮੀ ਵਿਅਕਤੀ ਨੇਕੀ ਕਰਦਾ ਆ, ਮਿਲਾਪ ਨੂੰ ਭਾਲਦਾ ਆ, ਮਿਲਾਪ ਦੇ ਪਿੱਛੇ ਲੱਗਾ ਰਹਿੰਦਾ ਆ। ਔਰ ਧਰਮੀ ਵਿਅਕਤੀ ਜਿਹੜਾ ਆਪਣੇ ਮੂੰਹ ਤੋਂ ਕੁਛ ਵੀ ਗਲਤ ਅੱਖਰ ਨਹੀਂ ਨਿਕਲਣ ਦਿੰਦਾ। ਅਯੂਬ ਡਰਿਆ ਸੀ ਅਤੇ ਉਹਨੂੰ ਨਤੀਜਾ ਮਿਲ ਗਿਆ, ਪਰ ਅਯੂਬ ਕੁਛ ਗਲਤ ਬੋਲਿਆ ਨਹੀਂ ਪਰਮੇਸ਼ਵਰ ਦੇ ਵਿਰੋਧ। ਉਹਦੀ ਘਰ ਵਾਲੀ ਕੀ ਕਹਿੰਦੀ ਆ? ਕਹਿੰਦੀ ਆਪਣੇ ਪਰਮੇਸ਼ਵਰ ਨੂੰ ਫਿਟਕਾਰ ਅਤੇ ਮਰ ਜਾ। ਕਹਿੰਦਾ ਤੂੰ ਕਿਉਂ ਚੱਲੀਆਂ ਤੀਵੀਆਂ ਵਾਂਗੂੰ ਕਰਦੀ ਆ? ਉਹਨੇ ਨਹੀਂ ਕਿਹਾ, ਕਹਿੰਦਾ ਚੰਗਾ ਚੰਗਾ ਤੇ ਅਸੀਂ ਲਈਏ, ਤੇ ਮਾੜਾ ਕਹਿੰਦਾ ਅਸੀਂ ਇੱਦਾਂ ਪਰਮੇਸ਼ਵਰ ਦੇ ਵਿਰੁੱਧ ਨਹੀਂ ਬੋਲਣ। ਉਹ ਨਹੀਂ ਬੋਲਿਆ ਪਰਮੇਸ਼ਵਰ ਦੇ ਵਿਰੁੱਧ। ਅੱਜ ਸਾਨੂੰ ਵੀ ਚਾਹੀਦਾ ਅਸੀਂ ਆਪਣੇ ਪਿਤਾ ਦੇ ਵਿਰੁੱਧ ਕੁਛ ਨਾ ਬੋਲੀਏ, ਅਸੀਂ ਕੋਈ ਇਹੋ ਜਿਹੀ ਗੱਲ ਜਿਹੜੀ ਸਾਡੇ ਮੂੰਹ ਚੋਂ ਨਾ ਨਿਕਲੇ ਜਿਹੜੀ ਸਾਡੇ ਪਰਮੇਸ਼ਵਰ ਦੇ ਵਿਰੁੱਧ ਆ। ਇਸ ਧਰਤੀ ਦੇ ਉੱਤੇ ਭੂਤਨਿਆਂ ਦਾ ਰਾਜ ਆ, ਕਿਉਂਕਿ ਵਚਨ ਵਿੱਚ ਲਿਖਿਆ ਆ ਅੰਧਕਾਰ ਦਾ ਰਾਜ ਆ। ਕਹਿੰਦਾ ਉਹ ਮਹਾਨ ਆ ਜਿਹੜਾ ਮੇਰੇ ਅੰਦਰ ਵੱਸਦਾ, ਉਹਦੇ ਨਾਲੋਂ ਜਿਹੜਾ ਸੰਸਾਰ ਵਿੱਚ ਵੱਸਦਾ। ਸੰਸਾਰ ਵਿੱਚ ਭੂਤਨਿਆਂ ਦਾ ਰਾਜ ਆ, ਸੰਸਾਰ ਦੇ ਵਿੱਚ ਸ਼ੈਤਾਨ ਦਾ ਰਾਜ ਆ, ਦੁਸ਼ਟਪੁਣੇ ਦਾ ਰਾਜ ਆ। ਪਰ ਮਹਾਨ ਕੌਣ ਆ? ਮੇਰਾ ਪਰਮੇਸ਼ਵਰ, ਸੈਨਾਵਾਂ ਦਾ ਯਹੋਵਾ ਪਰਮੇਸ਼ਵਰ, ਚਾਨਣ ਦਾ ਪਰਮੇਸ਼ਵਰ, ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਵਰ, ਉਹ ਪਰਮੇਸ਼ਵਰ ਜਿਹੜਾ ਮੈਨੂੰ ਨਿੱਤ ਦਿਹਾੜੇ ਸਾਹ ਬਖਸ਼ਦਾ, ਉਹ ਮਹਾਨ ਆ। ਮੈਂ ਕਿਉਂ ਡਰਾਂ ਸ਼ੈਤਾਨ ਕੋਲੋਂ? ਮੇਰਾ ਕਰ ਕੀ ਸਕਦਾ? ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਪਰਮੇਸ਼ਵਰ ਨੇ ਮੈਨੂੰ ਅਧਿਕਾਰ ਦਿੱਤਾ, ਮੈਂ ਕਿਉਂ ਡਰਾਂ ਉਹਦੇ ਕੋਲੋਂ? ਮੈਂ ਤਾਂ ਯੱਸੂ ਨਾਮ ਲਵਾਂ ਤਾਂ ਭੂਤ ਭੱਜ ਜਾਂਦੇ ਆ, ਅਤੇ ਮੈਂ ਕਿਉਂ ਡਰਾਂ ਉਹਨਾਂ ਭੂਤਾਂ ਕੋਲੋਂ? ਮੈਂ ਤਾਂ ਆਪਣੀ ਜਿਹੜੀ ਯਾਰੀ ਆ, ਮੈਂ ਤਾਂ ਉਹਦੇ ਨਾਲ ਲਾ ਕੇ ਰੱਖੂੰ, ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਲਾ ਕੇ ਰੱਖੂੰ ਜਿਹਦੇ ਅੱਗੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਝੁਕਦੀਆਂ ਆ। ਅਗਰ ਮੇਰੇ ਅੱਗੇ ਕੋਈ ਦੁਸ਼ਟ ਆਣ ਕੇ ਖੜਾ ਹੋਏ, ਕੋਈ ਸ਼ੈਤਾਨ ਆਣ ਕੇ ਖੜਾ ਹੋਵੇ, ਤਾਂ ਮੈਂ ਤਾਂ ਉਹਨੂੰ ਇਹੀ ਕਹੂੰ, ਜੇ ਉਹ ਮੈਨੂੰ ਕਹੇ ਕਿ ਤੂੰ ਦੇਖ ਇੱਦਾਂ, ਤਾਂ ਮੈਂ ਉਹਨੂੰ ਕਹੂੰਗੀ ਕਿ ਤੂੰ ਦੇਖ
ਤੇਰਾ ਫਿਊਚਰ ਕਿੱਥੇ? ਮੇਰਾ ਫਿਊਚਰ ਤਾਂ ਬ੍ਰਾਈਟ ਆ, ਮੇਰੇ ਲਈ ਤਾਂ ਲਿਵਿੰਗ ਹੋਪ ਆ, ਮੇਰੀ ਹੋਪ ਤਾਂ ਮੇਰਾ ਪਰਮੇਸ਼ਵਰ ਆ। ਉਹ ਕਹਿੰਦਾ ਮੈਂ ਤੈਨੂੰ ਸੱਜੇ ਹੱਥ ਬਿਠਾ ਲੂੰਗਾ, ਉਹ ਕਹਿੰਦਾ ਸਵਰਗ 'ਚ ਤੇਰੇ ਲਈ ਨਿਵਾਸ ਸਥਾਨ ਤਿਆਰ ਕੀਤੇ। ਮੇਰੇ ਲਈ ਤਾਂ ਪ੍ਰਭੂ ਯਿਸੂ ਮਸੀਹ ਨੇ ਜਾਨ ਦੇ ਦਿੱਤੀ, ਸਲੀਬ ਦੇ ਉੱਤੇ ਬਲੀਦਾਨ ਹੋ ਗਿਆ। ਤੂੰ ਸੁਣਾ, ਤੇਰਾ ਤੇ ਤੇਰੇ ਲਈ ਤਾਂ ਡੂੰਘਾ ਟੋਇਆ ਪੁੱਟਿਆ ਆ, ਹੱਥ ਪੈਰ ਬੰਨ੍ਹ ਕੇ ਤੈਨੂੰ ਉਸ ਅੱਗ ਦੇ ਵਿੱਚ ਸਿੱਟਿਆ ਜਾਣਾ ਹੈ। ਤਾਂ ਮੈਂ ਤਾਂ ਪਰਮੇਸ਼ਵਰ ਦੀ ਵਡਿਆਈ ਕਰੂੰ, ਮੈਂ ਤਾਂ ਪਰਮੇਸ਼ਵਰ ਦੇ ਕੰਮਾਂ ਦੀ ਵਡਿਆਈ ਕਰੂੰ। ਕਹਿੰਦਾ ਮੈਂ ਆਕਾਸ਼ ਵਿੱਚ ਉਹਨੂੰ ਡਿੱਗਦਾ ਹੋਇਆ ਦੇਖਿਆ। ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ, ਦੇਖ ਤੇਰੀ ਜ਼ਿੰਦਗੀ 'ਚ ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਦੋ ਲਾਓ ਉਹਦੇ ਕੰਨਾਂ ਦੇ ਉੱਤੇ ਜਦੋਂ ਆਉਂਦਾ ਆ ਨੈਗੇਟਿਵ ਥੋਟ, ਜਦੋਂ ਆਉਂਦਾ ਨਾ ਤੁਹਾਡੇ, ਉਸ ਥੋਟ ਨੂੰ ਕੱਢੋ। ਉਹਨੂੰ ਕਹੋ ਤੈਨੂੰ ਤਾਂ ਸਵਰਗ ਦੇ ਵਿੱਚੋਂ ਕੱਢ ਦਿੱਤਾ, ਤੂੰ ਕੀ ਸੀਗਾ ਅਤੇ ਤੈਨੂੰ ਕਿੱਥੋਂ ਸਿੱਟਿਆ? ਅਤੇ ਜਿੰਨੇ ਤੇਰੇ ਨਾਲ ਸੀ ਨਾ ਉਹਨਾਂ ਸਾਰਿਆਂ ਨੂੰ ਵੀ ਸਿੱਟ ਦਿੱਤਾ, ਅਤੇ ਤੈਨੂੰ ਉੱਥੋਂ ਕੱਢ ਕੇ ਮੇਰੇ ਲਈ ਥਾਂ ਤਿਆਰ ਕੀਤਾ ਉੱਥੇ। ਆਪਣੀਆਂ ਅੱਖਾਂ ਪਰਮੇਸ਼ਵਰ ਵੱਲ ਲਾਓ। ਦੁਨੀਆਂ ਦੇ ਜਿਹੜੀਆਂ ਇਹ ਚੀਜ਼ਾਂ ਆ ਨਾ ਗਲਤ ਮਲਤ, ਇਹਨਾਂ ਚੀਜ਼ਾਂ ਵੱਲ ਦੇਖਣਾ, ਇਹਨਾਂ ਚੀਜ਼ਾਂ ਨੂੰ ਸੁਣਨਾ, ਇਹਨਾਂ ਨਾਲ ਐਗਰੀ ਕਰਨਾ ਬੰਦ ਕਰ ਦਿਓ। ਕਿਉਂਕਿ ਸ਼ੈਤਾਨ ਜਿਹੜਾ ਆ ਉਹ ਨਾਸ਼ ਹੋਏਗਾ, ਉਹਨਾਂ ਨੂੰ ਲੈ ਕੇ ਨਾਸ਼ ਹੋਊਗਾ ਜਿਹੜੇ ਉਹਨੂੰ ਫੋਲੋ ਕਰਨਗੇ। ਪਰ ਜਿਹੜੇ ਵਚਨ ਦੇ ਵਿੱਚ ਲਿਖਿਆ ਜਿਹੜੇ ਯਿਸੂ ਮਸੀਹ ਨੂੰ ਫੋਲੋ ਕਰਨਗੇ ਉਹ ਸਵਰਗ ਦੇ ਵਿੱਚ ਹੋਣਗੇ। ਅਤੇ ਅਸੀਂ ਯਿਸੂ ਮਸੀਹ ਨੂੰ ਫੋਲੋ ਕਰਨਾ, ਅਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਨੂੰ ਫੋਲੋ ਕਰਨਾ ਜਿਹੜਾ ਕਹਿੰਦਾ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ। ਹਾਲੇਲੂਇਆ, ਉਹ ਸਾਨੂੰ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਏਗਾ। ਕਹਿੰਦਾ ਤੇਰੇ ਅੱਗੇ ਤੇਰੇ ਵੈਰੀ ਨਾਸ਼ ਹੋ ਜਾਣਗੇ। ਉਹ ਆਪ ਸਾਡੇ ਵੈਰੀਆਂ ਦੇ ਨਾਲ ਲੜਾਈਆਂ ਲੜਦਾ ਆ, ਉਹ ਸਾਡੇ ਵੈਰੀਆਂ ਨੂੰ ਸ਼ਰਮਿੰਦਿਆ ਕਰਦਾ, ਸਾਡੇ ਅੱਗੋਂ ਉਹਨਾਂ ਵੈਰੀਆਂ ਨੂੰ ਮਿਟਾ ਹੀ ਸੁੱਟਦਾ ਆ। ਅਤੇ ਵੈਰੀ ਦੀ ਕਿਸੇ ਸ਼ਕਤੀ ਦਾ ਸਾਡੇ ਉੱਤੇ ਕੋਈ ਅਧਿਕਾਰ ਨਹੀਂ, ਉਹਦੇ ਉੱਤੇ ਸਾਨੂੰ ਅਧਿਕਾਰ ਆ। ਅਤੇ ਕਹਿੰਦਾ ਵੈਰੀ ਤੁਹਾਡਾ ਕੁਛ ਵਿਗਾੜ ਹੀ ਨਹੀਂ ਸਕੇਗਾ, ਅਤੇ ਵੈਰੀ ਸਾਡਾ ਕੀ ਵਿਗਾੜ ਸਕਦਾ? ਕੁਛ ਵੀ ਨਹੀਂ।